देख सकते हो बाहर जिहड़े मुलाजम आए हैगे गलबात करांगे उन्हां दे नाल तुहाडियां मंगां नूं लै के मुख्यमंत्री पंजाब दे नाल किहो जिहे माहौल दे विच मीटिंग हुई है की गलबात हुई है भी एक तरीक नूं भाई तुहानूं 11 बजे फिर आना पैना एक बारी भी जिहड़ी तुहाडी पिलसन है वह भी थोड़ी लागू की जाऊगी एक तरीक नूं वो जवानों के जिस तरह भी जवान कहे वो काम औकना किया जाऊगा मीटिंग जी फिर तुम संतुष्टि तसली नहीं हुई नहीं अज साड़ी तसली नहीं हुई कोई पंजाब दे विच ठाणे चौंकी दे विच कोई परेड नहीं करूगा कोई ड्यूटी नहीं करूगा। सत श्री अकाल जी द अनम्यूट देख रहे हो तुसीं इस वक्त मैं सीएम हाउस मुख्यमंत्री पंजाब की रिहायश के बाहर हैगा जिथे जिहड़े होमगार्ड के मुलाजम ने उन्हां नाल अज मीटिंग रखी गई सी क्योंकि कल सोलखियां टोल प्लाजे ते वड्डा धरना होमगार्ड के मुलाजमां वल्लों रिटायर मुलाजम जिहड़े ने जां मौजूदा मुलाजम ने उन्हां वल्लों धरना दिता गया अपनी मंगां नूं लै के ते उन्हां नाल कल भरोसा दिता गया सी कि अज सीएम मुख्यमंत्री भगवंत मान दे नाल तुहाडी मुलाकात कराई जाऊगी मीटिंग कराई जाऊगी ते अपनियां मंगां तुसीं उन्हां दे कोल रख सकदे हो। तुसीं देख सकदे हो बाहर जिहड़े मुलाजम आए हैगे गल्लबात करांगे उन्हां दे नाल मीटिंग दे विच की कुछ रहा खास गल्लबात करदे आ उन्हां दे नाल ਤੁਹਾਡੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਲ ਕਿਹੋ ਜਿਹੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਕੀ ਗੱਲਬਾਤ ਹੋਈ ਹੈ? ਨਹੀਂ ਅੱਜ ਸਾਡੇ ਬਰਾੜ ਸਾਹਿਬ ਨੇ ਉਹਨਾਂ ਨੇ ਅੱਜ ਸਾਨੂੰ SSP ਸਾਹਿਬ ਨੇ ਜਿਹੜੇ ਆਪਣੇ ਰੋਪੜ ਦੇ ਨੇ ਜੀ ਉਹ ਆਏ ਸੀ DSP ਸਾਹਿਬ ਆਏ ਸੀ ਸਾਡੇ ਡਿਪਟੀ ਜਨਰਲ ਕਮਾਂਡੈਂਟ ਸਰਦਾਰ ਕੁਲਤਾਰ ਸਿੰਘ ਘੁੰਮਣ ਸਾਹਿਬ ਆਏ ਸੀ ਉਹਨਾਂ ਨਾਲ ਮੀਟਿੰਗ ਹੋਈ ਹੈ ਅੰਦਰ ਬੈਠ ਕੇ ਬਰਾੜ ਸਾਹਿਬ ਨੇ ਕਰਾਈ ਹੈ ਵੀ ਸਾਨੂੰ ਜਿਹੜੀਆਂ ਸਾਡੀਆਂ ਡਿਮਾਂਡਾਂ ਨੇ ਮੰਗਾਂ ਨੇ ਉਹ ਸਾਡੀ 1 ਫਰਵਰੀ ਨੂੰ ਦੁਬਾਰੇ ਫਿਰ ਸਾਡੀ ਮੀਟਿੰਗ ਹੈ ਮੁੱਖ ਮੰਤਰੀ ਨਾਲ ਤੈਅ ਕਰਤੀ ਹੈ ਵੀ 1 ਤਰੀਕ ਨੂੰ ਭਾਈ ਤੁਹਾਨੂੰ 11 ਵਜੇ ਫਿਰ ਆਉਣਾ ਪੈਣਾ ਇੱਕ ਵਾਰੀ ਮੈਂ ਸਾਰੇ ਪੰਜਾਬ ਦੇ ਹੋਮਗਾਰਡ ਦੇ ਜਵਾਨਾਂ ਨੂੰ ਪੂਰਜੋਗ ਅਪੀਲ ਕਰਦਾ ਕਿ ਆਪਾਂ ਨੂੰ ਭਾਈ 1 ਤਰੀਕ ਦਾ 1 ਫਰਵਰੀ ਦਾ ਟਾਈਮ ਮਿਲਿਆ ਮੁੱਖ ਮੰਤਰੀ ਸਾਹਿਬ ਦਾ ਉਹਦੇ ਵਿੱਚ DGP ਸਾਹਿਬ ਵੀ ਹੋਣਗੇ ਉਹਦੇ ਵਿੱਚ DGP ਸਾਹਿਬ VK ਭਾਂਬਰਾ ਸਾਹਿਬ ਹੋਣਗੇ ADGP ਕੁਲਤਾਰ ਸਿੰਘ ਘੁੰਮਣ ਸਾਹਿਬ ਹੋਣਗੇ SSP ਰੋਪੜ ਸਾਹਿਬ ਹੋਣਗੇ DSP ਹੋਣਗੇ ਨਾਲ ਕੁਲਤਾਰ ਸਿੰਘ ਘੁੰਮਣ ਹੋਣਗੇ ਜਿਹੜੀਆਂ ਬਰਤਾਰਪੁਰ ਨਾਲ ਗੱਲਾਂ ਕਰੀਆਂ ਨੇ ਅੱਜ ਉਹ ਸਾਡਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਵੀ ਸਿਪਾਹੀ ਨੂੰ ਜਿਹੜਾ ਪੁਰਾਣਾ ਫੈਸਲਾ ਸਿਪਾਹੀ ਦਾ ਉਹ ਦਿੱਤਾ ਜਾਊਗਾ ਹੋਮਗਾਰਡ ਨੂੰ ਜਿੰਨੇ ਵੀ ਹੈਗੇ ਆ ਵੀ ਜਿਹੜੀ ਤੁਹਾਡੀ ਪਿਲਸਣ ਹੈ ਉਹ ਵੀ ਤੁਹਾਡੀ ਲਾਗੂ ਕੀਤੀ ਜਾਊਗੀ 1 ਤਰੀਕ ਨੂੰ ਇਹ ਫੈਸਲਾ ਲਿਆ ਗਿਆ। ਜਦੋਂ ਤੁਹਾਡਾ ਧਰਨਾ ਚੱਲ ਰਿਹਾ ਸੀਗਾ ਸੋਲਕਿਆਂ ਤੁਸੀਂ ਟੋਲ ਪਲਾਜ਼ਾ ਬੰਦ ਕੀਤਾ ਤਾਂ ਉੱਥੇ ਕਿਹੋ ਜਿਹਾ ਭਰੋਸਾ ਜਿਹੜਾ ਦਿੱਤਾ ਗਿਆ ਤਾਂ ਭਰੋਸੇ ਦੇ ਵਿੱਚ ਕਿਹੜੇ ਕਿਹੜੇ ਆਗੂ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਆਏ ਸੀਗੇ ਅਤੇ ਤੁਹਾਨੂੰ ਭਰੋਸਾ ਕੀ ਦਿੱਤਾ ਗਿਆ ਸੀ? ਸਾਨੂੰ ਭਰੋਸਾ ਇਹੀ ਦਿੱਤਾ ਗਿਆ ਸੀ ਵੀ ਜਿਹੜੀਆਂ ਤੁਹਾਡੀਆਂ ਡਿਮਾਂਡਾਂ ਨੇ ਮੁੱਖ ਮੰਤਰੀ ਕੋਲ ਤੁਹਾਨੂੰ ਲੈ ਕੇ ਜਾਵਾਂਗੇ ਮੁੱਖ ਮੰਤਰੀ ਕੋਲ ਸਾਨੂੰ ਸਾਡੇ SSP ਸਾਹਿਬ ਰੋਪੜ ਵਾਲੇ ਲੈ ਕੇ ਆਏ ਨੇ DSP ਰੋਪੜ ਵਾਲੇ ਲੈ ਕੇ ਗਏ ਆਏ ਨੇ ਸਾਡੇ ਜਿਹੜੇ ਡਿਪਟੀ ਜਨਰਲ ਕਮਾਂਡੈਂਟ ਕੁਲਤਾਰ ਸਿੰਘ ਘੁੰਮਣ ਸਾਹਿਬ ਵੀ ਆਏ ਨੇ ਉਹਨਾਂ ਨੇ ਆ ਕੇ ਅੰਦਰ ਬੈਠ ਕੇ 1.5 ਘੰਟਾ ਸਾਡੀ ਮੀਟਿੰਗ ਚੱਲੀ ਗਈ ਆ ਅੰਦਰ ਪੂਰੀਆਂ ਗੱਲਾਂ ਬਾਤਾਂ ਸਾਡੀਆਂ ਜੋ ਸੁਪਰੀਮ ਕੋਰਟ ਦਾ ਫੈਸਲਾ ਸੀ ਉਹਦੇ ਬਾਅਦ ਫਿਰ ਜਦੋਂ ਗੱਲਬਾਤ ਹਾਂ ਪੱਖੀ ਹੁੰਗਾਰਾ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਨਹੀਂ ਇਹ ਸਾਡੀ ਦੁਬਾਰੇ ਮੀਟਿੰਗ ਹੋਊਗੀ ਜੀ 1 ਫਰਵਰੀ ਨੂੰ ਦੁਬਾਰੇ ਉਹਦੇ ਵਿੱਚ ਭਾਵੇਂ ਫੈਸਲਾ ਹੋਊਗਾ ਵੀ ਤੁਹਾਡਾ ਫਿਰ 25 ਤਰੀਕ ਦਾ ਇੱਕ ਪ੍ਰੋਗਰਾਮ ਸੀਗਾ ਧਰਨਾ ਦੇਣ ਦਾ 25 ਤਰੀਕ ਨੂੰ ਪੂਰਾ ਬੰਦ ਕਰਨ ਦਾ ਫੈਸਲਾ ਸੀਗਾ ਵੀ ਟੋਲ ਪਲਾਜ਼ਾ ਪੂਰੀ ਤਰ੍ਹਾਂ ਬੰਦ ਕਰ ਦੇਣਾ ਉਹ ਰੋਡ ਜਿਹੜਾ ਉਹ ਫਿਰ ਫੈਸਲਾ ਵਿਡਰਾ ਕਰੋਗੇ? ਉਹ ਸਰ ਤੁਹਾਡੇ ਮੀਡੀਆ ਜ਼ਰੀਏ ਅਸੀਂ ਬੇਨਤੀ ਕਰਦੇ ਹਾਂ ਅਸੀਂ ਆਪਣੀ 24 ਤਰੀਕ ਨੂੰ ਮੀਟਿੰਗ ਰੱਖ ਰਹੇ ਹਾਂ ਪੰਜਾਬ ਦੀ ਪਟਿਆਲੇ 'ਚ ਨਹਿਰੂ ਪਾਰਕ ਦੇ ਵਿੱਚ ਬੱਸ ਸਟੈਂਡ ਦੇ ਕੋਲ ਉਹ ਜਵਾਨਾਂ ਦੇ ਜਿਸ ਤਰ੍ਹਾਂ ਵੀ ਜਵਾਨ ਕਹਿਣਗੇ ਉਹ ਕੰਮ ਔਕਣਾ ਕੀਤਾ ਜਾਊਗਾ ਜਵਾਨਾਂ ਦੇ ਥਰੂ ਕੀਤਾ ਜਾਊਗਾ ਵੀ ਭਾਈ ਸਾਨੂੰ 1 ਫਰਵਰੀ ਦਾ ਟਾਈਮ ਦਿੱਤਾ ਗਿਆ ਪੰਜਾਬ ਹੋਮਗਾਰਡ ਦੇ ਰਿਟਾਇਰਾਂ ਨੂੰ ਵੀ ਜਿਹੜੇ ਮੌਜੂਦਾ ਪੰਜਾਬ ਦੇ ਵਿੱਚ ਡਿਊਟੀ ਕਰਦੇ ਨੇ ਜਵਾਨ ਠਾਣੇ ਚੌਂਕੀਆਂ ਗਾਰਦਾਂ ਜਾਂ DGP ਸਾਹਿਬ ਜਾਂ ਚੀਫ ਸੈਕਟਰੀ ਕੋਲ ਜਾਂ ਹੋਮ ਸੈਕਟਰੀ ਸਾਹਿਬ ਕੋਲ ਉਹ ਸਾਡੇ ਵਿੱਚ ਸਾਰੇ ਬਿਰਾਜਮਾਨ ਹੋਣਗੇ। ਅੱਜ ਦੀ ਮੀਟਿੰਗ 'ਚ ਫਿਰ ਤੁਹਾਨੂੰ ਸੰਤੁਸ਼ਟੀ ਤਸੱਲੀ ਨਹੀਂ ਹੋਈ? ਨਹੀਂ ਅੱਜ ਸਾਡੀ ਤਸੱਲੀ ਨਹੀਂ ਹੋਈ ਇਹ ਤਾਂ 26 ਜਨਵਰੀ ਵਾਲਾ ਕੰਮ ਨੰਘਾਉਣ ਵਾਲਾ ਕੰਮ ਕਰ ਰਹੇ ਨੇ ਠੀਕ ਆ ਜੀ ਸਾਡੀ ਕੋਈ ਤਸੱਲੀ ਨਹੀਂ ਹੈ ਜੋ ਜਵਾਨ ਸਾਡੇ ਕਹਿਣਗੇ ਪਟਿਆਲੇ ਦੇ ਵਿੱਚ ਬੈਠਾਂਗੇ ਅਸੀਂ ਸਾਰੇ ਬਾਵਰਦੀ ਬੈਠਾਂਗੇ ਮੈਂ ਤੁਹਾਡੇ ਮੀਡੀਆ ਰਾਹ ਦੀ ਬੇਨਤੀ ਕਰਦਾ ਵੀ ਸਾਰੇ ਪੰਜਾਬ ਨੂੰ ਸਾਰੇ ਹੀ ਪੰਜਾਬ ਬਾਵਰਦੀ 'ਚ ਆਓ ਪਟਿਆਲੇ ਨਹਿਰੂ ਪਾਰਕ ਦੇ ਵਿੱਚ 24 ਤਰੀਕ ਨੂੰ ਕੋਈ ਪੰਜਾਬ ਦੇ ਵਿੱਚ ਠਾਣੇ ਚੌਂਕੀ ਦੇ ਵਿੱਚ ਕੋਈ ਪਰੇਡ ਨਹੀਂ ਕਰੂਗਾ ਕੋਈ ਡਿਊਟੀ ਨਹੀਂ ਕਰੂਗਾ ਸਾਰੇ ਪਰਿਵਾਰਾਂ ਸਮੇਤ ਉੱਥੇ ਪਹੁੰਚੋ। ਧੰਨਵਾਦ। ਜੈ ਹਿੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਅਸਲਾਮ ਵਾਲੇਕਮ।
ਸੋ ਜਿਹੜੇ ਹੋਮਗਾਰਡ ਦੇ ਮੁਲਾਜ਼ਮ ਨੇ ਉਹਨਾਂ ਦੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਆ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਮੁੱਖ ਮੰਤਰੀ ਵੱਲੋਂ ਜਿਹੜਾ 1 ਤਰੀਕ ਦਾ ਸਮਾਂ ਦਿੱਤਾ ਗਿਆ ਉਹ ਤੋਂ ਪਹਿਲਾਂ ਇਹਨਾਂ ਨੇ 25 ਤਰੀਕ ਨੂੰ ਰੋਡ ਬੰਦ ਕਰਨ ਦਾ ਸੱਦਾ ਦਿੱਤਾ ਸੀਗਾ ਅਤੇ ਉਹ ਪ੍ਰੋਗਰਾਮ ਉਹਦੇ ਬਾਰੇ ਇਹਨਾਂ ਦੀ ਮੀਟਿੰਗ ਹੁਣ 24 ਤਰੀਕ ਨੂੰ ਹੋਊਗੀ ਅਤੇ ਉਹਨਾਂ ਨੇ ਕਿਹਾ ਵੀ 24 ਤਰੀਕ ਨੂੰ ਸਾਰੇ ਮੁਲਾਜ਼ਮ ਜਿਹੜੇ ਨੇ ਪਟਿਆਲੇ ਆਉਣਗੇ ਅਤੇ ਮੁਲਾਜ਼ਮ ਜਿਹੜੇ ਨੇ ਮੁਲਾਜ਼ਮੀ ਤੈਅ ਕਰਨਗੇ ਕਿ 25 ਤਰੀਕ ਦਾ ਪ੍ਰੋਗਰਾਮ ਰੱਖਣਾ ਕਿ ਨਹੀਂ ਰੱਖਣਾ ਅਤੇ ਮੁੱਖ ਮੰਤਰੀ ਨਾਲ ਅਗਲੀ ਮੀਟਿੰਗ ਦੇ ਵਿੱਚ ਕੀ ਕੁਝ ਵਿਚਾਰਿਆ ਜਾਊਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪਤਾ ਲੱਗੂਗਾ। ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ। ਮੈਨੂੰ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਦੇਵ ਦੇ ਨਾਲ। ਜਗਜੀਤ ਸਿੰਘ ਪੰਜੋਲੀ, ਧੰਨਵਾਦ।